श्री फतेहगढ़ साहिब डिस्ट्रिक्ट दे पिंड पगड़ाणा दे विच हिंद दी चादर नौवें पातशाही श्री गुरु तेग बहादुर जी दा गुरद्वारा साहिब बनिया होया है। जेकर इस गुरद्वारा साहिब दे इतिहास उत्ते नजर मारीए तां नौवें पातशाही श्री गुरु तेग बहादुर साहिब जी गुरमत दे प्रचार दे लई मालवे नूं जांदे होए इस स्थान उत्ते विराजमान होए। इस पिंड दे वसनीक भाई दयाला जी अते होर संगतां ने गुरु साहिब जी दी बहुत सेवा कीती। सेवा तो खुश हो के गुरु जी ने इत्थे खूह लगवाया जो कि अज भी सरोवर दे विच स्थित है। दूजी वार नौवीं पातशाही जी दिल्ली नूं शहीदी देण वास्ते जांदे होए इस स्थान उत्ते ठहरे। भाई दयाला जी अते होर संगतां ने गुरु जी दा बहुत सत्कार कीता। गुरु जी ने भाई दयाला जी नूं अपने दोवें सपुत्र बाबा मदन जी बाबा कोठा जी नूं गोविंद राय जी दे कोल भेजण दा हुक्म दिता। आनंदपुर साहिब पहुंच के दोवें भरावां ने बहुत श्रद्धा दे नाल सेवा कीती अते अमृत छक के सिंह सजे। गुरु जी दे वड्डे साहिबजादे बाबा अजीत सिंह जी बाबा जुझार सिंह जी अते बाबा मदन सिंह जी बाबा कोठा सिंह जी ने चमकौर दी कड़ी दे विच 40 सिंघां समेत शहीदी दा जाम पीता। इलाके दीआं संगतां दे सहयोग दे नाल इत्थे हर साल श्री गुरु तेग बहादुर जी दा शहीदी दिवस बहुत श्रद्धा पूर्वक मनाया जांदा है। संगतां वल्लों अखंड पाठ आरंभ करवाए जांदे हन। इस दिन वक्खो वक्ख पिंडां तों भारी संख्या दे विच संगतां इत्थे नतमस्तक हुंदियां हन अते इक विशाल नगर कीर्तन सजाया जांदा है जो कि इलाके दे कई पिंडां दे विच दी हुंदा होया शाम वेले फिर तों ऐसे स्थान उत्ते समापत हुंदा है। संगतां वल्लों श्रद्धा पूर्वक लंगर वरताए जांदे हन। सो हर साल दी तरह इस साल भी यानी कि 8 दिसंबर 2021 नूं श्री गुरु तेग बहादुर जी दा शहीदी दिहाड़ा मनाया गया अते विशाल नगर कीर्तन सजाया गया। तां आओ तुहानूं कराउंदे हां पालकी साहिब अते नगर कीर्तन दे दर्शन। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਦੀਪ ਕੌਰ ਅਤੇ ਤੁਸੀਂ ਵੇਖ ਰਹੇ ਹੋ ਸਾਡਾ ਪ੍ਰੋਗਰਾਮ ਰੰਗ ਪੰਜਾਬ ਦੇ। ਅੱਜ ਅਸੀਂ ਪਹੁੰਚੇ ਹੋਏ ਹਾਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਪਿੰਡ ਪਗੜਾਣਾ ਦੇ ਵਿੱਚ। ਇੱਥੇ ਇਤਿਹਾਸਿਕ ਸਥਾਨ ਸਥਿਤ ਹੈ, ਇਤਿਹਾਸਿਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਅਤੇ ਅੱਜ ਇੱਥੇ ਨਗਰ ਕੀਰਤਨ ਜਿਹੜਾ ਹੈਗਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦੇ ਹੋਏ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਜਿਸ ਦੇ ਚੱਲਦਿਆਂ ਹੋਇਆਂ ਅੱਜ ਇੱਥੇ ਜਿਹੜੀਆਂ ਸੰਗਤਾਂ ਨੇ ਉਹ ਨਤਮਸਤਕ ਹੋਈਆਂ ਹਨ। ਹਰ ਸਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਹੈ ਉਹ ਮਨਾਇਆ ਜਾਂਦਾ ਹੈ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਅਤੇ ਇਸ ਵਕਤ ਮੇਰੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਜਿਹੜੀ ਕਮੇਟੀ ਹੈਗੀ ਹੈ ਮੈਨੇਜਮੈਂਟ ਕਮੇਟੀ ਉਹਦੇ ਮੈਂਬਰ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਗੁਰਦੁਆਰਾ ਸਾਹਿਬ ਦਾ ਥੋੜ੍ਹਾ ਜਿਹਾ ਇਤਿਹਾਸ ਅਤੇ ਨਾਲੇ ਨਗਰ ਕੀਰਤਨ ਬਾਰੇ। ਸਤਿ ਸ਼੍ਰੀ ਅਕਾਲ ਜੀ। ਅੱਛਾ, ਜਿਹੜਾ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਹੈ ਜਿਸ ਨੂੰ ਮੁੱਖ ਰੱਖਦਿਆਂ ਹੋਇਆ ਨਗਰ ਕੀਰਤਨ ਜਿਹੜਾ ਹੈਗਾ ਹੈ ਪਿੰਡ ਦੀਆਂ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ, ਸਾਨੂੰ ਥੋੜ੍ਹਾ ਜਿਹਾ ਨਗਰ ਕੀਰਤਨ ਬਾਰੇ ਦੱਸੋ ਅਤੇ ਥੋੜ੍ਹਾ ਜਿਹਾ ਸਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਜ਼ਰੂਰ ਦੱਸੋ। ਇੱਥੇ ਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੋ ਵਾਰੀ ਆਏ ਨੇ। ਉਹਨਾਂ ਦਾ ਉਰੇ ਦੇ ਦੋ ਸਿੰਘ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ, ਉਹਨਾਂ ਦਾ ਵੀ ਉਹਦੇ ਸੰਬੰਧ ਨਾਲ ਹੋਇਆ ਜੀ। ਜਿਹੜਾ ਸਲਾਨਾ ਦਿਹਾੜਾ ਸ਼ਹੀਦੀ ਦੇ ਗੁਰਪੁਰਬ ਮਨਾਇਆ ਜਾਂਦਾ ਉਹ ਸਮੂਹ ਸੰਗਤ ਇਲਾਕੇ ਦੀ ਸੰਗਤ ਵੱਲੋਂ ਮਨਾਇਆ ਜਾਂਦਾ। ਹੋਰ ਬਹੁਤ ਸਾਰੇ ਇਲਾਕੇ ਦੇ ਸਾਰੇ ਲੋਕ ਪੰਤ ਸੱਜਣ ਵੀ ਪਹੁੰਚਣੇ, ਉਹਨਾਂ ਵਿੱਚ ਚੇਅਰਮੈਨ ਸਾਹਿਬ ਚੰਦੂਮਾਜਰਾ ਸਾਹਿਬ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਸਾਰੇ ਸਰੂਰਤ ਕਰ ਰਹੇ ਹਨ। ਅਤੇ ਜਿਹੜਾ ਨਗਰ ਕੀਰਤਨ ਆਪਾਂ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਹੁੰਦੀ ਹੈ ਨਗਰ ਕੀਰਤਨ ਦੀ ਅਤੇ ਜਿਹੜੇ ਵੱਖੋ ਵੱਖ ਪਿੰਡਾਂ ਦੇ ਵਿੱਚ ਜਾਂਦਾ ਹੈ ਅਤੇ ਕਦੋਂ ਯਾਨੀ ਕਿ ਇਹ ਇੱਥੋਂ ਜਿਹੜਾ ਹੈਗਾ ਕਿੰਨੇ ਵਜੇ ਸ਼ੁਰੂ ਹੁੰਦਾ ਹੈ ਅਤੇ ਕਦੋਂ ਇਹਦੀ ਸਮਾਪਤੀ ਹੁੰਦੀ ਹੈ ਅਤੇ ਕਿੰਨੇ ਪਿੰਡਾਂ ਦੇ ਵਿੱਚ ਇਹ ਨਗਰ ਕੀਰਤਨ ਜਾਂਦਾ ਹੈ? ਇਹ ਤਕਰੀਬਨ 10 ਵਜੇ ਸ਼ੁਰੂ ਹੋ ਜਾਂਦਾ, ਸ਼ਾਮ ਨੂੰ 5-6 ਵਜੇ ਸਮਾਪਤੀ ਹੁੰਦੀ ਹੈ। ਇਹ ਪਹਿਲਾਂ ਪਗੜਾਣਾ ਸਾਹਿਬ ਤੋਂ ਝਾਂਪਰ ਤੋਂ ਬਾਅਦ ਭੂਆ ਕਿਹੜੀ ਮਹਤਾਬਗੜ੍ਹ, ਉਹ ਤੋਂ ਬਾਅਦ ਪਗੜਾਣੇ ਹੁੰਦਾ ਦਾਦੂ ਮਾਜਰਾ ਬਡਾਲੀ, ਬਡਾਲੀ ਤੋਂ ਵਾਪਸੀ ਆ ਕੇ ਪਗੜਾਣਾ ਗੁਰਦੁਆਰਾ ਸਾਹਿਬ ਨੌਵੀਂ ਸਮਾਪਤੀ।